ਪੰਜਾਬ ਵਿੱਚ ਗੈਂਗਸਟਰ ਅਤੇ ਪੁਲਿਸ ਦਾ ਐਕਸ਼ਨ ਲਗਾਤਾਰ ਚੱਲ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਚਕੀ ਦੇ ਨੇੜਲੇ ਪਿੰਡ ਸਮਰਾਮਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਅਤੇ ਗੈਂਗਸਟਰ ਦੇ ਵਿੱਚ ਮੁੱਠਭੇੜ ਹੋ ਗਈ। ਪੁਲਿਸ ਅਤੇ ਗੈਂਗਸਟਰ ਦੇ ਵਿੱਚ ਕ੍ਰੋਸ ਫਾਇਰਿੰਗ ਹੋਣ ਦੀ ਸੂਚਨਾ ਹੈ। ਪੁਲਿਸ ਮੁੱਠਭੇੜ ਵਿੱਚ ਇੱਕ ਅਪਰਾਧੀ ਦੀ ਲੱਤ ਤੇ ਗੋਲੀ ਲੱਗਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DCP ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਬਿਰਕ ਅਤੇ ACP ਕੈਂਟ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ CIA ਦੀ ਟੀਮ ਅਤੇ ਉਕਤ ਗੈਂਗਸਟਰ ਵਿਚਾਲੇ ਫਾਇਰਿੰਗ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਅਤੇ ਜਵਾਬੀ ਫਾਇਰ ਕੀਤੇ ਗਏ, ਜੋ ਉਕਤ ਵਿਅਕਤੀ ਦੀ ਲੱਤ ਵਿੱਚ ਜਾ ਲੱਗਾ। ਗੈਂਗਸਟਰ ਦੀ ਪਹਿਚਾਣ ਦਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਜਿਗਰਯੋਗ ਹੈ ਕਿ ਦਵਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਬੱਸ ਸਟੈਂਡ ਦੇ ਕੋਲ ਡੈਲਟਾ ਟਾਵਰ ਵਿੱਚ ਇੱਕ ਟਰੈਵਲ ਏਜੰਟ ਤੇ ਗੋਲੀ ਚਲਾਈ ਸੀ ਅਤੇ 5 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ। ਦਵਿੰਦਰ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਦਵਿੰਦਰ ਪੁਲਿਸ ਨੂੰ ਦੇ ਕੇ ਉੱਥੋਂ ਫਰਾਰ ਹੋ ਗਿਆ। ਪਿੱਛਾ ਕਰਦੇ ਹੋਏ ਉਸਨੇ ਪੁਲਿਸ ਤੇ ਗੋਲੀਆਂ ਚਲਾਈਆਂ ਅਤੇ ਜਵਾਬ ਵਿੱਚ ਪੁਲਿਸ ਨੇ ਵੀ ਉਸ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਦਵਿੰਦਰ ਦੀ ਲੱਤ ਤੇ ਗੋਲੀ ਲੱਗੀ ਅਤੇ ਉਹ ਡਿੱਗ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਪਿਸਤੌਲ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਦਵਿੰਦਰ ਸਿੰਘ ਜਲੰਧਰ ਦੇ ਹੀ ਕਾਲਮਾ ਪਿੰਡ ਦਾ ਰਹਿਣ ਵਾਲਾ ਹੈ। ਉਸਦੇ ਪੈਰ ਵਿੱਚ 2 ਗੋਲੀਆਂ ਲੱਗੀਆਂ ਹਨ, ਜੋ ਗੈਂਗਸਟਰ ਕੌਸ਼ਲ ਚੌਧਰੀ ਗੈਂਗ ਨਾਲ ਜੋੜਿਆ ਹੋਇਆ ਹੈ। ਉਸ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਕੁਝ ਦਿਨ ਪਹਿਲਾਂ ਉਸਨੇ ਟਰੈਵਲ ਏਜੰਟ ਨੂੰ ਰੰਗਦਾਰੀ ਦੇ ਲਈ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਉਸਦੀ ਤਲਾਸ਼ ਵਿੱਚ ਜੁੱਟ ਗਈ ਸੀ ਅਤੇ ਅੱਜ ਜਿਵੇਂ ਹੀ ਪੁਲਿਸ ਨੂੰ ਉਸ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਮੁੱਠਭੇੜ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਹੋਰ ਕੀ ਕੁਝ ਕਿਹਾ, ਆਓ ਸੁਣੋ ਉਹਨਾਂ ਦੀ ਹੀ ਜਵਾਨੀ। ਉਹਦੇ ਵਿੱਚ 3 ਵਿਅਕਤੀਆਂ ਨੇ ਆ ਕੇ ਜਿਹੜੀ ਕਿ ਫਾਇਰਿੰਗ ਕੀਤੀ ਐਂਡ ਜਾਂਦੇ ਹੋਏ ਇੱਕ ਉੱਥੇ ਸਲਿੱਪ ਰੱਖ ਗਿਆ, ਜਿਹਦੇ ਉੱਪਰ ਉਹਨਾਂ ਨੇ 5 ਕਰੋੜ ਦੀ ਫਰੋਤੀ ਜਿਹੜੀ ਹੈਗੀ ਹੈ ਡਿਮਾਂਡ ਕੀਤੀ ਸੀ। ਤਾਂ ਉਸ ਜਿਹੜਾ ਹੈਗਾ ਸਾਡੇ ਕਮਿਸ਼ਨਰ ਆਫ ਪੁਲਿਸ ਮਿਸਟਰ ਸਵਪਨ ਸ਼ਰਮਾ ਜੀ ਦੀ ਹਦਾਇਤ ਅਨੁਸਾਰ ਅਸੀਂ ਜਿਹੜਾ ਹੈਗਾ ਲਗਾਤਾਰ ਇਸ ਜਿਹੜਾ ਹੈਗਾ ਇਹਨਾਂ ਨੂੰ ਕਲਪਰੇਟਸ ਨੂੰ ਜਿਹੜਾ ਐਪਰੀਹੈਂਡ ਕਰਨ ਵਾਸਤੇ ਸਾਡੀਆਂ ਕੋਸ਼ਿਸ਼ ਜਾਰੀ ਹੈਗੀ ਸੀ। ਤਾਂ ਅੱਜ ਸਾਡੇ CA ਇੰਸਪੈਕਟਰ ਮਿਸਟਰ ਸੁਰਿੰਦਰ ਕੁਮਾਰ ਦੀ ਜਿਹੜੀ ਹੈਗੀ ਆ ਟੀਮ, ਉਹ ਜਮਸ਼ੇਰ ਸਦਰ ਏਰੀਆ ਦੇ ਵਿੱਚ ਜਿਹੜੀ ਮੌਜੂਦ ਸੀ, ਜਿਨ੍ਹਾਂ ਕੋਲ ਜਿਹੜੀ ਹੈਗੀ ਇਨਫੋਰਮੇਸ਼ਨ ਆਉਂਦੀ ਹੈ ਕਿ ਜਿਹੜਾ ਇਸ ਦਾ ਇੱਕ ਅਕਿਊਜ਼ ਹੈਗਾ ਮੇਨ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ, ਉਹ ਵਾਲਾ ਅਕਿਊਜ਼ ਇਸ ਏਰੀਆ ਦੇ ਵਿੱਚ ਮੌਜੂਦ ਹੈ। ਤਾਂ ਇੱਥੇ ਜਦੋਂ ਸੀਕਰੇਟ ਇਨਫੋਰਮੇਸ਼ਨ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ ਐਂਡ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪਾਰਟੀ ਦੇ ਉੱਪਰ ਉਹਦੇ ਵੱਲੋਂ ਜਿਹੜੀਆਂ ਹੈਗੀਆਂ ਨੇ ਫਾਇਰਿੰਗ ਕੀਤੀ ਗਈ, 5-7 ਰਾਊਂਡ ਜਿਹੜੇ ਫਾਇਰ ਕੀਤੇ ਗਏ, ਜਿਹਦੇ ਵਿੱਚ ਪੁਲਿਸ ਪਾਰਟੀ ਨੇ ਆਪਣੀ ਬਚਾਅ ਦੇ ਵਿੱਚ ਜਿਹੜੀ ਹੈਗੀ ਇਸ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਅੱਗਿਓਂ ਫਾਇਰਿੰਗ ਕੀਤੀ ਹੈ, ਜਿਹੜੀ ਉਹਦੇ ਲੈਫਟ ਲੈਗ ਦੇ ਵਿੱਚ ਲੱਗੀ, ਇੰਜਰਡ ਹੋਇਆ। ਅਤੇ ਕਿਹੜੇ ਗੈਂਗ ਨਾਲ ਸੰਬੰਧਿਤ ਜਾਂ ਕਿੱਥੋਂ ਦਾ ਰਹਿਣ ਵਾਲਾ ਹੈ? ਇਹ ਪਿੰਡ ਕਾਲਵਾਂ ਜਿਹੜਾ ਪੈਂਦਾ ਹੈਗਾ ਉੱਥੋਂ ਦਾ ਰਹਿਣ ਵਾਲਾ ਹੈਗਾ ਅਕਿਊਜ਼ਡ ਦਵਿੰਦਰ ਪਾਲ, ਕਿਉਂਕਿ ਹਾਲੇ ਇਹਨੂੰ ਹੁਣੇ ਹੀ ਜਿਹੜਾ ਸਾਰਾ ਆਪਰੇਸ਼ਨ ਵਾਲੇ ਸਾਡਾ ਕੰਟੀਨਿਊ ਹੈਗਾ ਚੱਲ ਰਿਹਾ ਐਂਡ ਇਹਦੇ ਕੋਈ ਆਲੇ ਦੁਆਲੇ ਸਰਚ ਕਰ ਰਹੇ ਹਾਂ ਸਰਾਊਂਡਿੰਗ ਏਰੀਆ। ਉਦੋਂ ਸਰ ਇੱਕ ਗੈਂਗਸਟਰ ਦਾ ਵੀ ਨਾਮ ਆ ਰਿਹਾ ਸੀ ਜਿਹਦਾ ਸਲਿੱਪ ਦੇ ਉੱਪਰ ਨਾਮ ਲਿਖਿਆ ਸੀ? ਸਲਿੱਪ ਦੇ ਉੱਪਰ ਜਿਹੜਾ ਲਿਖਿਆ ਹੋਇਆ ਸੀ ਇੱਕ ਕੌਸ਼ਲ ਚੌਧਰੀ ਨਾਂ ਦਾ ਲਿਖਿਆ ਹੋਇਆ ਸੀ ਨਾਮ, ਉਹਦਾ ਅੱਗੇ ਹੁਣ ਇਹਦੀ ਪੁੱਛਗਿੱਛ ਆਏਗਾ ਕਿ ਉਹਦੇ ਨਾਲ ਇਹਨਾਂ ਦੇ ਕੀ ਸੰਬੰਧ ਹੈਗੇ ਆ, ਕਿਵੇਂ ਜਾਣਦੇ ਆ। ਅਤੇ ਇਹਨਾਂ ਦੇ ਕੁਝ ਹੋਰ ਵੀ ਸਾਥੀ ਹੈਗੇ ਨੇ? ਇਹਨਾਂ ਦੇ ਸਾਥੀ ਜਿਹੜੇ ਹੈਗੇ ਉਸ ਦਿਨ ਜਿਹੜੇ 3 ਫਿਗਰ ਆਊਟ ਹੋਏ ਸੀ, ਇਹਨਾਂ ਦੇ ਨਾਲ ਹੋਰ ਵੀ ਸਾਥੀ ਹੋਣਗੇ ਜਿਹੜੇ ਹੈਗੇ ਨੇ, ਬਾਕੀ ਅਸੀਂ ਸਾਡਾ ਏਰੀਆ ਦੇ ਵਿੱਚ ਹੁਣ ਵੀ ਅਸੀਂ ਕੰਟੀਨਿਊ ਅਸੀਂ ਸਰਚ ਰੱਖ। ਇਸ ਸਮੇਂ ਇਕੱਲਾ ਹੀ ਸੀ ਇਹ ਜਦੋਂ ਰੋਕਿਆ ਫਾਇਰਿੰਗ ਹੋਈ ਉਸ ਟਾਈਮ ਕੱਲਾ ਸੀ ਜੀ? ਕਿੰਨੇ ਰਾਊਂਡ ਗੋਲੀ ਚਲਾਈ ਸਰ? 5-7 ਹੋਣਗੀਆਂ ਜਿਹੜੀਆਂ, ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ। ਅੱਜ ਜਿਹੜਾ
ਸਮਰਾਵਾਂ ਤੋਂ ਦਾਦੂਵਾਲ ਜਿਹੜੀ ਰੋਡ ਹੈਗੀ ਹੈ ਇਹ ਜਾਂਦੀ ਹੈਗੀ ਹੈ। ਇੱਥੇ ਇੰਟੀਮੇਸ਼ਨ ਆਈ ਸੀਗੀ ਵੀ ਜਿਹੜੀ ਸਾਡੀ ਸੀ ਆਈ ਏ ਟੀਮ ਹੈਗੀ ਹੈ ਅਤੇ ਕੋਈ ਅਨਆਡੈਂਟੀਫਾਈਡ ਬੰਦਾ ਸੀਗਾ ਉਹਦੇ ਕ੍ਰੋਸ ਫਾਇਰਿੰਗ ਹੋਈ ਸੀਗੀ, ਜੋ ਮੌਕੇ 'ਤੇ ਆ ਕੇ ਸਾਰੀ ਗੱਲ ਅਸੀਂ ਚੈੱਕ ਕੀਤੀ ਹੈਗੀ ਹੈ। ਅਤੇ 15-12 ਨੂੰ ਜਿਹੜੇ ਡੈਲਟਾ ਟਾਵਰਸ ਹੈਗੇ ਆ ਉਹਨਾਂ ਦੇ ਥੱਲੇ ਇੱਕ MG ਹੈਕਟਰ ਗੱਡੀ ਸੀਗੀ, ਉਹਨਾਂ 'ਤੇ ਫਾਇਰਿੰਗ ਹੋਈ ਸੀਗੀ। ਉਹ 3 ਜਣੇ ਜਿਹੜੇ ਆਈਡੈਂਟੀਫਾਈ ਹੋਏ ਸੀਗੇ, ਉਹਨਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਸੀਗਾ ਇਹ ਉਹਦੀ ਇਨਫੋਰਮੇਸ਼ਨ ਸੀਗੀ, ਜਿਹੜੇ ਇੰਸਪੈਕਟਰ ਸਾਹਿਬ ਹੈਗੇ ਆ CIA ਸੁਰਿੰਦਰ ਜੀ, ਅਤੇ ਇਹਨਾਂ ਨੇ ਇੱਥੇ ਨਾਕਾਬੰਦੀ ਕੀਤੀ ਸੀਗੀ। ਅਤੇ ਦੌਰਾਨੇ ਨਾਕਾਬੰਦੀ ਜਿਹੜਾ ਅਕਿਊਜ਼ਡ ਹੈਗਾ ਉਹਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਵਗੈਰਾ ਕੀਤੀ ਸੀਗੀ। ਅਤੇ ਜਿਹੜਾ ਕ੍ਰੋਸ ਫਾਇਰ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ CIA ਦੀ ਟੀਮ ਵੱਲੋਂ ਜਵਾਬੀ ਫਾਇਰ ਕਰੀ ਸੀਗੀ, ਅਤੇ ਉਹਦੇ ਵਿੱਚ ਜਿਹੜਾ ਅਕਿਊਜ਼ਡ ਹੈਗਾ ਉਹਦੇ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਹਨੂੰ ਹਸਪਤਾਲ ਭੇਜ ਦਿੱਤਾ ਗਿਆ ਇਲਾਜ ਵਾਸਤੇ। ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ, ਉੱਥੇ MG ਹੈਕਟਰ ਗੱਡੀ ਖੜੀ ਸੀ, ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ, ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਇੱਥੇ ਹੈਗੇ ਸੀ 3 ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ। ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੌਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ। ਅੱਜ ਸਾਡੇ ਇੰਸਪੈਕਟਰ CIA ਇਹਨਾਂ ਕੋਲ ਸੀਕਰੇਟ ਇਨਫੋਰਮੇਸ਼ਨ ਸੀ, ਜਿਹਦੇ ਸ਼ਾਇਦ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਅਤੇ ਹੋਰ ਸਾਰਿਆਂ ਦੀ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ। ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਦੱਸਦਾ ਨਹੀਂ, ਡੈਥ ਨਹੀਂ ਹੋਈ ਕਿਸੇ ਦੀ, ਇੰਜਰਡ ਹੈਗਾ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ, 5-6 ਇੱਕ ਬੰਦਾ ਨਹੀਂ ਉਹ ਹਾਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ, ਅਸੀਂ ਤੁਹਾਡੇ ਬਾਅਦ ਚ ਅਪਡੇਟ ਕਰ ਦਿੰਦੇ। ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।